अपने घरों चली जाना बोलिया मेरे साथ मेरी दो आई नहीं सजनो आबो रुको देवी फिर अपनी माता दे वास्ते क्या जवाब करती थी Thank you.
ਜੀ ਮੇਰੀ ਮਾਤਾ ਕੰਥ ਪਰ ਮੇਰਾ ਮਾਤਾ ਦੂਰ ਪਰਦੇਸਾ ਉਹ ਸਹੁਰੇ ਘਰਾ ਘਰ ਜਦੋਂ ਚਾਇਆ ਬੋਲਿਆ ਮੇਰੀ ਮਾਤਾ ਬੋਲਿਆ ਅਗਰ ਮੈਂ ਪਿਓ ਕੇ ਰਹਾਂਦਾ ਬੁਰੀ ਗੱਲੀ ਕਾਹੇ ਮੇਰੇ ਮਾਲਕ ਨੇ ਵੀ ਬੋਲਣਾ ਪਏ ਰੁਕੋ ਦੇਵੀ ਤੂੰ ਮੇਰੇ ਪਿਤਾ ਕਾ ਕਹਿਣਾ ਨਹੀਂ ਮੰਨਦੀ ਬੋਲਿਆ ਤੜਾ ਕੰਨਾ ਮਾਤਾ ਮੈਂ ਆਪਣੇ ਘਰੋਂ ਚਲੀ ਜਾਣਾ ਉਸੀ ਵੇਲੇ ਕਹਿਣੇ ਲੱਗੀ ਰੁਕੋ ਦੇਵੀ ਮੇਰੀ ਮਾਤਾ ਸਾਧ ਕੇ ਬੁਲਾ ਦੇ ਮੇਰੇ ਧਰਮੀਏ ਬਾਪੂ ਬੋਲਿਆ ਰੁਕਮਣੀ ਗਲੇ ਮਿਲਵਾਈ ਸਾਨੂੰ ਆਪ ਰੁਕੋ ਦੇਵੀ ਆਪਣਾ ਹਰ ਸ਼ਿੰਗਾਰ ਲਗਾ ਕਰਕੇ ਫਿਰ ਇੱਕ ਸਾਹੁਰੇ ਨੂੰ ਚਲੀ ਪਈ ਦੋਨੋਂ ਮਾਂ ਬਾਪੀ ਵਾ ਗਲੇ ਕੰਠੇ ਮਿਲੀ ਆ ਰੋਜ਼ ਰੋਜ਼ ਸਾਉਣ ਲਗਾਇਆ ਰੁਕੋ ਦੇਵੀ ਦੀ ਮਾਂ ਕਹਿਣ ਲੱਗੀ ਮੂਹੀਏ ਤੂੰ ਪਰਮੰਨੀ ਨਹੀਂ ਚਲੀ ਪਈ ਨਹੀਂ ਮੇਰੀ ਮਈਆ ਮੈਂ ਚਲੇ ਜਾਣਾ ਆਪਣੇ ਘਰਾਂ ਦੇ ਵਿੱਚ ਚਲੀ ਜਾਣਾ ਬੋਲਿਆ ਤੋ ਸਾਨੂੰ ਫਿਰ ਰੁਕੋ ਦੇਵੀ ਜੋ ਅਸੀਂ ਕਿਆ ਜਵਾਬ ਕਰਦੀ ਸੀ ਹਾਂਜੀ ਵੇ ਛੋਟੇੜਿਆ ਪਾਈਏ ਵਾਦਰੇ ਛੋਟੜੇ ਭਾਈਏ ਮੇਰੇ ਭੇਜਿਆ ਸਦਾਉਕਾ ਛੋੜ ਮਿੰਜੋ ਪਿਓ ਕੁਝ ਬੁਲਵਾਈ ਲਿਆ ਮੈਂ ਬਹੁਤ ਦਿਨੋਂ ਕੇ ਬਾਅਦ ਬੋਲਿਆ ਆਪਣੇ ਘਰਾਂ ਚਲੋ ਮਿੰਜੋ ਪਿਓ ਕੀ ਬੁਰੀ ਲੱਗ ਜਾਣੀ ਤੋ ਸਜਨੋ ਰੁਕੋ ਦੇਵੀ ਕੀ ਮਾਤਾ ਕਹਿਣ ਲੱਗੀ ਬੋਲਦੀ ਕੋਈ ਬਾਤ ਨਹੀਂ ਬੇਟਾ ਸਜਨੋ ਕਹਿਣ ਲੱਗੀ ਮੇਰੀ ਮਾਤਾ ਸਾਧ ਕੇ ਬੁਲਾ ਦੇ ਮੇਰੇ ਘਰ ਮਾਂ ਡੋਲੇ ਚ ਬੈਠ ਨਹੀਂ ਜਾਣਾ ਬੋਲਿਆ ਸਜਨੋ ਆਪ ਚਾਰ ਕਹਾਰ ਆ ਜਾਤੇ ਹੈ ਰੁਕੋ ਦੇਵੀ ਜੋ ਥੀ ਇੱਕ ਤਿਆਰ ਹੋ ਕਰਕੇ ਫਿਰ ਆਪਣੇ ਘਰੋਂ ਚਲੀ ਪਈ ਜਬ ਪਹਿਲਾ ਪੈਲ ਜੋ ਥੀ ਡੋਲੇ ਦੇ ਵਿੱਚ ਰੱਖਿਆ ਇੱਕ ਛੋਟੀ ਭੈਣ ਕੇ ਵਾਸਤੇ ਛਿਕਾ ਗਈ ਜਿਹਦੇ ਵਿੱਚੋਂ ਵਿਚਾਰ ਕਰਦੀ ਕਹਿਣੇ ਲੱਗੀ ਬੋਲਿਆ ਮੇਰੇ ਵਾਸਤੇ ਕੁਝ ਸਾਰੇ ਸਗਨ ਮਾੜੇ ਵਿਕਣ ਲੱਗੇ ਉਹ ਬੋਲਿਆ ਤੈਂ ਕਿਹੜਾ ਸਗਨ ਵਿਚਾਰਿਆ ਭੈਣੇ ਬੋਲਿਆ ਕਿਆ ਮੁੜ ਕੇ ਮੈਂ ਦੁਬਾਰਾ ਬੋਲਿਆ ਪਿਓ ਪਿਓ ਨੇ ਘਰਾਂ ਨਹੀਂ ਆਉਣਾ ਬੋਲਿਆ ਸਜਨੋ ਆਪ ਚਾਰ ਕਹਾਰਾਂ ਨੇ ਡੋਲਾ ਉਠਾਇਆ ਜਬ ਘਣੇ ਜੰਗਲਾਂ ਕੇ ਵਿੱਚ ਮੈਂ ਚਲੀ ਗਏ ਉਹ ਸਿਰਫ ਬੋਲੇ ਮੇਰੀ ਕਾਲੇ ਕਾਗਜ਼ ਦਿਲ ਦੇ ਵਿੱਚੋਂ ਵਿਚਾਰ ਕਰਦੀ ਬੋਲਦੀ ਮੇਰੇ ਵਾਸਤੇ ਕੁਛ ਸਾਰੇ ਸਗਨ ਮਾੜੇ ਵਿਕਣੇ ਲੱਗੇ ਬੋਲਿਆ ਸਜਨੋ ਆਪ ਉਸੀ ਵੇਲੇ ਰੁਕੋ ਦੇਵੀ ਜੋ ਥੀ ਚਾਰ ਕਹਾਰ ਡੋਲਾ ਲੈ ਕਰਕੇ ਇੱਕ ਬਾਵੜਿਆ ਦੇ ਕਿਨਾਰੇ ਆ ਜਾਂਦੇ ਹੈ ਆਪ ਉਹ ਜ਼ਿਮੀਦਾਰ ਜੋ ਥਾ ਆਪਣੀ ਪਿਆਰੀ ਬਹੁ ਦਾ ਇੰਤਜ਼ਾਰ ਕਰਿਆ ਕਰਤਾ ਰੁਕੋ ਦੇਵੀ ਚਲੇ ਜਾਂਦੀ ਜਬ ਚਾਰ ਕਹਾਰ ਡੋਲਾ ਨੀਚੇ ਰੱਖਿਆ ਰੁਕੋ ਦੇਵੀ ਜੋ ਥੀ ਡੋਲੇ ਤੇ ਬਾਹਰ ਨਿਕਲੀ ਆਪ ਆਪਣੇ ਸਹੁਰੇ ਕੇ ਮਾਥਾ ਟੇਕਿਆ ਫਿਰ ਕਹਿਣ ਲੱਗੀ ਸਹੁਰਿਆ ਬੋਲਿਆ ਤੈਂ ਬੋਲਿਆ ਸਾਰੇ ਬੋਲਿਆ ਭੱਟੀਆ ਹੀ ਆ ਮੁੰਜੋ ਇੱਥੇ ਘਰਾਂ ਕਿਛ ਵੀ ਇੰਤਜ਼ਾਮ ਨਹੀਂ ਜਾਣਦਾ ਬੋਲਿਆ ਕਹਿਣ ਲੱਗਾ ਬੇਟੀ ਬੋਲਿਆ ਇਹਦਾ ਜੱਗ ਨਹੀਂ ਆ ਬੋਲਿਆ ਇਹ ਭੱਟੀਆ ਨਹੀਂ ਆ ਅਰੇ ਬੋਲਿਆ ਮੈਨੇ ਇਹ ਜੋ ਹਮਾਰੀ ਬਾਵੜੀ ਹੈ ਬੋਲਿਆ ਬਾਵੜੀ ਬਣਵਾਈ ਥੀ ਬੋਲਿਆ ਉਸ ਬਾਵੜੀ ਕਾ ਜੋ ਪਾਣੀ ਉਹ ਸੁੱਕ ਗਿਆ ਬੋਲਿਆ ਪੰਡਤੋਂ ਨੇ ਬੋਲਿਆ ਕੁਛ ਐਸਾ ਵਿਧਾਨ ਬਤਾਇਆ ਬੋਲਿਆ ਅਰੇ ਤੇਰਾ ਪਤੀ ਮੇਰਾ ਪੁੱਤਰ ਘਰਾਂ ਨਹੀਂ ਹੈ ਬੋਲਿਆ ਉਸਰੇ ਹੱਥੇ ਬੋਲਿਆ ਬਾਵੜੀ ਵਾਲੀ ਪ੍ਰਤਿਸ਼ਠਾਨ ਥੀ ਤਬ ਬਾਵੜੀ ਕੇ ਵਿੱਚ ਮੈਂ ਪਾਣੀ ਮਿਲਣਾ ਬੋਲਿਆ ਮੈਨੇ ਸੋਚਿਆ ਹੋਇਆ ਅਗਰ ਤੂੰ ਹੀ ਆਪਣੇ ਹੱਥੋਂ ਸੇ ਇਸ ਬਾਵੜੀ ਕੀ ਪ੍ਰਤਿਸ਼ਠਾ ਕਰ ਦੋ ਪਾਣੀ ਮਿਲ ਜਾਓ ਬੋਲਿਆ ਤੋ ਬੜੀਆ ਗੱਲੀ ਬੋਲਿਆ
रुको देवी जब इतनी गल सुनी दिल दे बिचो बचा कर दी। अच्छा सजनो आप उसी वेले रुको देवी जो थी दिल दे बिच में विचार कर दी, आप उस जिमीदार ने क्या काम किया अपनी प्यारी बहू दे वास्ते उस सुखी बावड़िया दे ऊपर ले जाते हैं। सजनो आप रुको देवी के सौरे दे वास्ते और स्वामी पंडित के वास्ते इसी बात का पता था, बाकी किसी जो भी तीर्थ गल का पता नहीं था कि बावड़ी के बीच में बलिदान होना है। सजनो जब रुको देवी के वास्ते उस सुखी बावड़िया दे बीच ले जा रहे हैं तो सजनो फिर क्या काम करने हैं। हाँ जी वे कन्या भी देवी का एक साल पर दा बच्चा था, कहने लगी सौरिया माए छोटा जा बालक आए भी सौगी ले जाना ना ना मुझे ये बालक घर रखना कुछ नहीं लगना सजोना सा बावड़िया पर जाना थोड़ा जा पूजन का काम असे करवाना फिर तू मुड़े ने घर आई आना बोलिया। और क्या सजनो आप रुको देवी जो थी चले जाती है जाकर के उस सुखी बावड़िया के बीच खड़ी हो गई फिर क्या काम कर दे एक कन्नी उंगली के बीच पाछ लगाया एक खून की आवती जो थी बावड़ी के बीच में देते हैं। सजनो जब खून नारी आवती दीती तब रुको देवी के वास्ते पता लगे भी नहीं तो कुछ उल्टा जाए काम नहीं वाली क्या। सजनो आप रुको देवी जो थी फिर क्या जवाब कर दिए ससु तू भी मिली बेईमान तभी मेरे वास्ते इस बात का कोई भेद नहीं दिता।
ਸਾਜਨਾ ਰੁਕੋ ਦੇ ਵੀ ਕਹਿਣ ਲੱਗੀ ਸਵਰਿਆ ਅਰੇ ਆਪਣਾ ਤੇ ਪੁੱਤਰ ਤੁਝੇ ਬੋਲਿਆ ਜਾਨੀ ਤੇ ਪਿਆਰਾ ਵਾ ਬੋਲਿਆ ਬਹੁ ਬਗਾਨੜੀ ਜਾਈ ਕਿਆ ਬੋਲਿਆ ਇਹੜਾ ਦਾਗ ਜੇ ਤੇਰੇ ਦਿਲਾ ਚ ਆਪਣੇ ਪੁੱਤਰ ਦਾ ਲੱਗਣਾ ਕਿਆ ਮੇਰੀ ਆ ਮਾਤਾ ਦੇ ਵਾਸਤੇ ਨਹੀਂ ਆਉਂ ਪਿਆਰੀ ਬੋਲਿਆ ਸਜਣੋ ਉਸੀ ਵੇਲੇ ਆਪ ਰੁਕੋ ਦੇਵੀ ਜੋਤੀ ਸੁੱਕੀ ਬਾਵਲੀਆ ਕੇ ਵਿੱਚ ਮੈਂ ਖੜੀ ਹੋ ਜਾਂਦੀ ਹੈ ਸਵਾਮੀ ਪਣ ਜੋ ਥੇ ਵੇਦ ਸ਼ਾਸਤਰੋਂ ਕਾ ਕੰਮ ਸ਼ੁਰੂ ਕਰਤੇ ਕਰਤੇ ਹੈ ਹਮਨ ਪੂਜਨ ਕਾ ਕੰਮ ਸ਼ੁਰੂ ਕਰਤੇ ਹੈ ਸਜਣੋ ਰੁਕੋ ਦੇਵੀ ਜੋ ਥੀ ਇਸ ਸੁੱਕੀ ਬਾਵੜੀਆ ਦੇ ਵਿੱਚ ਖੜੀ ਹੋ ਗਈ ਇੱਕ ਸੱਚੀ ਪੱਕੀ ਲਗਨ ਜੋ ਥੀ ਭਗਵਾਨ ਪਰਮ ਪਿਤਾ ਕੇ ਵਾਸਤੇ ਲਗਾ ਦਿੱਤੀ ਹੈ ਸਜਣੋ ਜਬ ਉਸ ਬਾਵੜੀਆ ਕੇ ਵਿੱਚ ਮੈਂ ਪੂਜਨ ਕਾ ਕੰਮ ਸ਼ੁਰੂ ਕੀਤਾ ਭਗਵਾਨ ਪਰਮ ਪਿਤਾ ਜੋ ਹੈ ਰੁਕੋ ਦੇਵੀ ਕੇ ਵਾਸਤੇ ਇੱਕ ਸਿਲੰਦਰਾ ਦਿੰਦੇ ਹੈ ਰੁਕੋ ਅਰੇ ਇਸ ਬਾਵੜੀ ਕੇ ਵਿੱਚ ਮੈਂ ਬੋਲਿਆ ਆਵਤੀ ਦੇਣੇ ਸੇ ਪਾਣੀ ਨਹੀਂ ਮਿਲੇਗਾ ਧੁੱਪ ਜਗਾਣੇ ਸੇ ਪਾਣੀ ਨਹੀਂ ਮਿਲੇਗਾ ਇਸਕਾ ਜੋ ਵਿਧਾਨ ਹੈ ਬੋਲਿਆ ਤੇਰੇ ਸਭ ਨੇ ਤੇਰੇ ਪਾਸ ਨਹੀਂ ਬਤਾਇਆ ਔਰ ਇਸ ਬਾਉੜੀ ਕੇ ਵਿੱਚ ਮੈਂ ਤੇਰੇ ਪਤੀ ਦੇਵ ਕਾ ਬਲੀਦਾਨ ਹੋਣਾ ਥਾ ਬੋਲਿਆ ਉਸਕੇ ਬਜਾਏ ਬੋਲਿਆ ਤੇਰੀ ਜਾਨ ਕੀ ਬੋਲਿਆ ਬੋਲੀ ਲੱਗੇਗੀ ਇਸ ਬਾਉੜੀ ਕੇ ਵਿੱਚ ਮੈਂ ਤਬ ਬਾਉੜੀ ਕੇ ਵਿੱਚ ਮੈਂ ਪਾਣੀ ਮਿਲੇਗਾ ਬੋਲਿਆ ਬੋਲਿਆ ਆਗਰ ਤੁਝੇ ਆਪਣੇ ਪਤੀ ਸੇ ਪਿਆਰ ਹੈ ਬੋਲਿਆ ਤੋ ਤੇਰੇ ਪਤੀ ਕੀ ਬੋਲੀ ਇਸ ਬਾਉੜੀ ਕੇ ਵਿੱਚ ਮੈਂ ਲਗੇਗੀ ਨਹੀਂ ਤੋ ਆਪਣੀ ਜਾਨ ਕੀ ਬਾਜ ਇਸ ਬਾਉੜੀ ਕੇ ਵਿੱਚ ਮੈਂ ਰੱਖ ਤਬ ਬਾਉੜੀ ਕੇ ਵਿੱਚ ਮੈਂ ਪਾਣੀ ਮਿਲੇਗਾ ਸਜਣੋ ਆਪ ਰੁਕੋ ਦੇਵੀ ਇੱਕ ਸੱਚੀ ਪੱਕੀ ਲਗਨ ਜੋਤੀ ਭਗਵਾਨ ਕੇ ਸਾਥ ਲਗਾ ਦਿੱਤੀ ਹੈ ਮਾਲਿਕ ਮੈਂ ਆਪਣੇ ਪਤੀ ਦੇਵ ਕੇ ਬਜਾਏ ਇਸ ਬਾਉੜੀ ਕੇ ਵਿੱਚ ਮੈਂ ਆਪਣੀ ਜਾਨ ਕਾ ਬਲੀਦਾਨ ਕਰਨ ਲਗੀ ਇਲਾਕੇ ਕੇ ਪ੍ਰਤੀ ਚਰਾਚਰ ਜੀਵੋ ਕੇ ਪ੍ਰਤੀ ਬੋਲਿਆ ਹੈ ਭਗਵਾਨ ਮੇਰੀ ਆਤਮਾ ਕੇ ਸਾਥੋ ਸਾਥ ਇਸ ਬਾਉੜੀ ਕੇ ਵਿੱਚ ਮੈਂ ਪਾਣੀ ਮਿਲਣਾ ਚਾਹੀਏ ਤਾਂ ਕਿ ਮੇਰੇ ਨਾਮ ਕਾ ਸਿਤਾਰਾ ਵੀ ਚਮਕ ਜਾਏ ਦੂਸਰਾ ਵਾਅਦਾ ਕਰਦੀ ਮੇਰਾ ਜੋ ਸੁਹਾਗ ਹੈ ਸਦਾ ਅਟਲ ਰਹਿਣਾ ਚਾਹੀਏ ਬਿਰਦੇ ਵਿੱਚੋਂ ਵਿਚਾਰ ਕਰਦੀ ਬੋਲਦੀ ਆਗਣ ਮੈਂ ਆਪਣੇ ਸਹੁਰੇ ਦਾ ਕਹਿਣਾ ਨਹੀਂ ਮੰਨੂ ਬੋਲਿਆ ਤੂੰ ਮੇਰੇ ਪਤੀ ਨੇ ਵੀ ਮੇਰੇ ਉੱਪਰ ਨਾਰਾਜ਼ ਹੋ ਜਾਣਾ ਅਜੇ ਉਸ ਬੋਣਾ ਰੁਕੋ ਦੇ ਵੀ ਤੈਨੇ ਮੇਰੇ ਪਤੀ ਕਾ ਕਹਿਣਾ ਨਹੀਂ ਮੰਨਿਆ ਸਾਜਨੋ ਆਪ ਰੁਕੋ ਦੇ ਵੀ ਇੱਕ ਸੱਚੀ ਪੱਕੀ ਲਗਨ ਭਗਵਾਨ ਕੇ ਸਾਥ ਲਗਾ ਦਿੱਤੀ ਹੈ ਉਸ ਜ਼ਿਮੀਦਾਰ ਨੇ ਕਿਆ ਕੰਮ ਕੀਆ ਆਪ ਦਿਲ ਦੇ ਵਿੱਚੋਂ ਵਿਚਾਰ ਕਰਦਾ ਇੱਕ ਥਾਵੀਆਂ ਦੇ ਬੇਟੇ ਦੇ ਵਾਸਤੇ ਬੁਲਾਉਂਦਾ ਆਪ ਥਾਵੀ ਲੋਕ ਜੋ ਥੇ ਕਰਨ ਲਿਆ ਹੱਥ ਕੇ ਵਿੱਚ ਮੈਂ ਲੇਕਰ ਕੇ ਉਸ ਸੁੱਕੀ ਬਾਵੜੀਆ ਕੇ ਉੱਪਰ ਆ ਜਾਂਦੇ ਹੈ ਦਿਲ ਦੇ ਵਿੱਚ ਵਿਚਾਰ ਕਰਾਂ ਫਿਰ ਨੂੰ ਨੱਠੀ ਨਹੀਂ ਜਾਓ ਕਿਤੇ ਮੇਰਾ ਬਣਿਆ ਬਣਾਇਆ ਕੰਮ ਨਹੀਂ ਵਿਗੜੀ ਜਾਓ ਉਸੀ ਵੇਲੇ ਆਪ ਥਾਵੀਆਂ ਦੇ ਬੇਟੇ ਦੇ ਵਾਸਤੇ ਬੁਲਾਉਂਦਾ ਸਜਣੋ ਥਾਵੀ ਲੋਕ ਕਰਨ ਲਿਆ ਹੱਥ ਕੇ ਵਿੱਚ ਮੈਂ ਲੇਕਰ ਕੇ ਉਸ ਸੁੱਕੀ ਬਾਵੜੀਆ ਦੇ ਉੱਪਰ ਆ ਜਾਂਦੇ ਹੈ ਜਬ ਦੇਖਿਆ ਦਿਲ ਦੇ ਵਿੱਚੋਂ ਵਿਚਾਰ ਕਰਦੇ ਰੁਕੋ ਦੇ ਵੀ ਕਹਿਣੇ ਲੱਗੀ ਔਰ ਵੀ ਥਾਵੀਓ ਅਰੇ ਜਿਸ ਢੰਗ ਸੇ ਮੈਨੇ ਚੜਾਈ ਕਰਾਣੀ ਬੋਲਿਆ ਉਸ ਢੰਗ ਸੇ ਕਾਮ ਕਰਨਾ ਆਗਰ ਮੇਰੇ ਕਹਿਣੇ ਕੇ ਅਨੁਸਾਰ ਕੰਮ ਨਹੀਂ ਕਰੇਂਗੇ ਤੋ ਮੈਂ ਕਰ ਦੂੰਗੀ ਕੁਟੰਬ ਨਾਸ ਬੋਲਿਆ ਦਿਲ ਕੇ ਵਿੱਚ ਮੈਂ ਕੋਈ ਕ੍ਰੂਰਤਾ ਨਹੀਂ ਹੋਣੀ ਚਾਹੀਏ ਸੱਚੀ ਆਤਮਾ ਕੇ ਸਾਥ ਹੀ ਟਗਾਰਾ ਲਗਾਉਣਾ ਤਾਂ ਕਿ ਇਸ ਬਾਵੜੀ ਕੇ ਵਿੱਚ ਮੈਂ ਪਾਣੀ ਮਿਲ ਸਕੇ ਸਜਣੋ ਥਾਵੀ ਲੋਕ ਫਿਰ ਇੱਕ ਬਾਵੜੀ ਦਾ ਫਿਰ ਕੰਮ ਸ਼ੁਰੂ ਕਰਦੇ ਹੈ ਚਿਣਾਈ ਸ਼ੁਰੂ ਕਰਦੇ ਹੈ ਤੋ ਸਜਣੋ ਜਬ ਥਾਵੀ ਲੋਕ ਇੱਕ ਬਾਵੜੀ ਦਾ ਕੰਮ ਸ਼ੁਰੂ ਕਰਦੇ ਰੁਕਾ ਦੇ ਦੀ ਫਿਰ ਵੀ ਥਾਵੀ ਸੇ ਫਿਰ ਕਿਆ ਜਵਾਬ ਕਰਦੀ ਸੀ ਫਿਰ ਬਈ ਜਿਵੇਂ ਪੈਰਾ ਪਰ ਮੇਰੇ ਆ
कोदे भी विरथाइयों से कहने लगी, विरथाइयों ऐसा काम करना, अरे मेरे पैरा दे बुठवा दे बीच गारा नहीं लगाना। ना जाने बोलिया किसी दिन बोलिया मेरी आपा भी इस बावड़े दे उपर आएगी, मेरे चरण स्पर्श करेगी जरूर। एड़ा काम करना ये जो मेरे पैर बोलिया कुहाड़े रखने। सजनो आप थावी लोग जो थे फिर बावड़ी दी चुनाई कर दे, जब दुधवा दे कोल आंदे तो रुको दे भी फिर क्या जवाब कर दी थी। हाँ जी मैं दुधवा छोटा जा बाल का किसी दिन इस बावड़ी के ऊपर बड़ा होकर के आएगा, मैं अपने पुत्र के वास्ते बुलाऊंगी। सनो रुको देवी फिर थावियों से जवाब कर दी, थावी लोग जो थे एक चढ़ाई कर दे बाजवा दे को आ गए। और रुको देवी कहने लगी फिर थावियों मेरे बाजवा दे चीटगा रंग लगाना, ना जाने किसी दिन मेरी पहना मेरी इस बावड़िया के ऊपर आएगी, मेरे गले मिलेगी आज जरूर। सजनो आप थावी लोग फिर चिनाई कर दे, एक मुंह तक आंदे रुको दे भी फिर क्या जवाब करनी थी। कैसे कर माता बोलिया मेरे होठों के बीच में सुर्खी लगाएगी बोलिया। सजनो आप थावी लोग जो थे एक चढ़ाई कर दे आखिया तक आंदे, और रुको देवी वीर थावियों से जवाब कर दे, वीर थावियों मेरी आखिया दे भी टीटगाड़ा नहीं लगाना, ना जाने किसी दिन मेरे पति देव इस बावड़ी देव पर आएंगे, मैं अपने पति देव के दर्शन करूंगी जरूर। सजनो आप थावी लोग जो थे चढ़ाई कर दे, रुको देवी फिर
अंतिम स्वास्थ्य भरने लगी अपने सौरे दे वास्ते जवाब कर दिए और सौरिया इस बावड़ी के बीच में पानी मिल जाएगा पर तीजो थोड़ी बधाई भी दें दी चलो सजनो फिर को दे भी फिर सौरे दे वास्ते क्या जवाब कर दिए है पानी तेरी सारी काया दे वास्ते पुष्ट कलंक निकली जाना बोलिया अरे पंजाड़ा लोका साड़ा पानी बांडी बांडी पीना ओ मेरे टबरा रक्त समान सनो रुको देवी फिर अंतिम श्वास भरने लगी सजनो आव रुको देवी जो थी फिर क्या जवाब कर दी है Thank you.
बोलिया जे कोई पहना इथे करेगी स्नान मैं करूंगी पुत्र के दान। जो कोई कोड़ी कलंकी से बावड़ी के बीच में स्नान करेगा मैं निर्मल करूंगी तेरी काया। सजनो रुको देवी कहने लगी सवड़ा इस बावड़ी के बीच में पानी मिल जाएगा तो सजनो रुको देवी क्या जवाब कर दी है पीएगा बोलिया तो सारी काया कुछ कलंकी जानी सजनो।